ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। एक पासे दा जिथे कोरोना दे चलदिया पंजाब विच लगाए गए करफ्यू नाल बहुत सारे जरूरतमंद परिवार भुखमरी का शिकार हो रहे हैं, उत्थे ही इन जरूरतमंद परिवारों नू सरकार वलों भेजे गए राशन नू लेके की जा रही सियासत भी चरम सीमा ते पहुँच रही है। ताज़ा मामला सामने आया है फगवाड़ा दे वार्ड नंबर 12 महला पलाही गेट विखे, जिथे कि महला वासियों ने कांग्रेसी वर्कर सोनू पहलवान ते अपने चेहतियां नू सरकारी राशन देने दे गंभीर दोष लगाए ने। महला वासियों का कहना है कि उन्हां तक राशन ना आने कारण उन्हां दे बच्चे इस दुख की घड़ी विच भुखे प्यासे ही रहने मजबूर ने। महल्ले की एक महिला ने कहा कि सोनू जानबूझ के उसका नाम ले रहा है, जबकि उसने सिर्फ 10 घरां विच ही राशन वंडिया सी, बाकी घरां विच राशन वंडन नू लैके सोनू झूठ बोल रहा है। मैं पर्चियां जॉर्डन नू भी दित्तियां लिख के, मैं सोनू पलवान नू भी दित्तियां। सोनू पलवान ने मेरे नाल कीती गिरदारी, उत्थे जनानी नू राशन नहीं सी मिलदा, बुढ़ी नू मैं राशन, मैं कहा तू सोनू इनू राशन क्यों नहीं दिंदा, कहिंदा नाल फोटो खिंचणियां पैणियां। 10 घर मेरे कोल एमएलए आ जावे, एमओई आ जावे, वीडियो आ जावे, मैं 10 घर गली दे विच राशन वंडिया, उत्थे जनानियां बोलण लग पईआं। सोनू ने अपनी जनानी लैके मोटरसाइकिल ते बिठा के दौड़ गया। मैं जनानियां नू कहा कोई गल नहीं, जॉर्डन दा जिहड़ा राशन आ उह वंड देवांगे। उल्टा की मैनू टॉर्चर किया, मैनू धमकियां भी दित्तियां, मैनू कहिंदा वी तू तैनू कहड़ा एमसीजी जा, तू पार्टी नाल जुड़ी आ। मैनू 30-35 साल हो गए जॉर्डन उहनां नाल, अपने मान साहब नाल, राजा सोधी गोटी नाल, सारे मैंबर इकट्ठे करके मैं लैके जांदी रही। उल्टा मैनू की कहिंदा कह 90 थैलियां, अज मेरे ते 90 थैलियां ला जान आउंदा, कहिंदा 90 थैलियां इहनां नाल हो के बंडाईयां। मैं 10 घर दित्तियां ने होर फोटो खिंचिया, मैनू 90 थैलियां दा प्रूफ देवे ਰਾਸ਼ਨ ਦਿੱਤਾ ਤਾਂ ਉਸ ਤੋਂ ਬਾਅਦ ਮੈਂ ਰਾਸ਼ਨ ਜਦੋਂ ਮੇਰੇ ਘਰ ਆਇਆ ਤਾਂ ਮੈਂ ਜੋਲਡਨ ਸਾਹਿਬ ਤੋਂ ਜਿਹੜੇ ਸਾਡੇ ਸਾਬਕਾ ਐਮਸੀ ਆ ਉਹਨਾਂ ਦੇ ਘਰ ਗਿਆ। ਮੈਂ ਉਹਨਾਂ ਨੂੰ ਮੈਂ ਕਿਹਾ ਜਾ ਕੇ ਵੀ ਆਓ ਵੀ ਨਾਲ ਰਾਸ਼ਨ ਨਾਲ ਹੋ ਕੇ ਵੰਡਾ ਲਓ। ਇੱਕ ਵਾਰੀ ਛੱਡ ਕੇ 3 ਵਾਰੀ ਘਰ ਗਿਆ, ਉਸ ਤੋਂ ਬਾਅਦ ਉਹ ਮੈਨੂੰ ਘਰ ਨਹੀਂ ਮੁਲਾਕਾਤ ਹੋਈ ਤਾਂ ਉਹਨਾਂ ਦੇ ਬੇਟੇ ਨੂੰ ਮੈਂ ਮਿਲਿਆ। ਉਹਨਾਂ ਦੇ ਬੇਟੇ ਮੰਗੇ ਨੂੰ ਕਿਹਾ, ਮੈਂ ਕਿਹਾ ਡੈਡੀ ਨਹੀਂ ਆ ਰਿਹਾ, ਤੁਸੀਂ ਆ ਕੇ ਰਾਸ਼ਨ ਵੰਡ ਦਿਓ। ਤਾਂ ਉਹ ਕਹਿੰਦਾ ਸੀਗਾ ਜੀ ਅਸੀਂ ਸਲਾਹ ਕਰਕੇ ਦੱਸਾਂਗੇ। ਜਦੋਂ ਰਾਸ਼ਨ ਮੇਰੇ ਘਰ ਆਇਆ ਤਾਂ ਮੇਰੇ ਆਂਢ ਗੁਆਂਢ ਮੇਰੇ ਮੁਹੱਲੇ ਵਾਲਿਆਂ ਨੂੰ ਪਤਾ ਵੀ ਰਾਸ਼ਨ ਸੋਨੂ ਦੇ ਘਰ ਆਇਆ, ਵੀ ਉਹਨਾਂ ਕੋਲ ਰਹਿ ਨਹੀਂ ਹੋਇਆ। ਉਹ ਕਹਿੰਦੇ ਸਾਨੂੰ ਰਾਸ਼ਨ ਸਾਨੂੰ ਘਰ ਦਿਓ, ਸਾਨੂੰ ਰੋਟੀ ਪਾਣੀ ਖਾਣ ਨੂੰ ਸਾਨੂੰ ਹੈ ਨਹੀਂ। ਉਹ ਅਸੀਂ ਉਹ ਮੁੱਖ ਰੱਖਦੇ ਹੋਏ ਆਪਣੇ ਮੁਹੱਲੇ ਦੇ ਵਿੱਚ ਮੰਗਲੀ ਆ ਕਾਂਗਰਸ ਮੋਹਦਵਾਰ, ਉਹਨੂੰ ਨਾਲ ਲਿਆ, ਇੱਕ ਬੰਦੇ ਕਾਂਗਰਸੀ ਮੁੰਡੇ ਨੂੰ ਹੋਰ ਲਿਆ। ਆਪਾਂ ਫਿਰ ਡੋਰ ਟੂ ਡੋਰ ਜਾ ਕੇ ਜ਼ਰੂਰਤਮੰਦ ਰਾਸ਼ਨ ਘਰ ਘਰ ਪਹੁੰਚਾਇਆ। ਪਹੁੰਚਾਉਣ ਦੇ ਬਾਅਦ ਆਹ ਕਿਹੜਾ ਅੱਜ ਰੌਲਾ ਪਿਆ ਆ ਮਗਲੀ ਗਲੀ ਦੇ ਵਿੱਚ, ਇਹ ਮੇਰੇ ਵਾਰਡ 'ਚ ਨਹੀਂ ਪੈਂਦੇ, ਇਹ ਪੈਂਦੇ ਆ 11 ਨੰਬਰ ਵਾਰਡ ਦੇ। ਉਹ ਜਾਣ ਕੇ ਮੇਰੇ ਵਾਰਡ ਵਿੱਚ ਆ ਕੇ ਤਾਂ ਉਹ ਰੌਲਾ ਪਾਉਂਦੇ ਪਏ ਆ ਵੀ ਸੋਨੂ ਨੂੰ ਬਦਨਾਮ ਕਰਦੇ ਪਏ ਆ, ਇਹਨੂੰ ਭੇਜਣ ਵਾਲਾ ਹੈਗਾ ਯਾਰ ਰਮੇਸ਼ ਲਾਲ ਜੋਲਡਨ। ਕਿਹੜੀ ਪਾਰਟੀ ਦੇ ਉਹ ਹੈਗੇ? ਕਾਂਗਰਸ ਦਾ ਹੀ ਆ ਜੀ। ਤੇ ਤੁਸੀਂ ਕਿਹੜੀ ਪਾਰਟੀ ਦੇ? ਅਸੀਂ ਵੀ ਕਾਂਗਰਸ ਦੇ ਹੀ ਆ। ਤੇ ਕਾਂਗਰਸ ਕਿਉਂ ਲੱਗਦੀ ਵੀ ਆਪਸ ਦੇ ਵਿੱਚ ਕਾਂਗਰਸ ਨਾਲ? ਕਾਂਗਰਸ ਇਹ ਲੱਗਦੀ ਆ ਜੀ ਸੋਨੂ ਵੱਧ ਚੜ ਕੇ ਮੁਹੱਲੇ ਦੇ ਵਿੱਚ ਕੰਮ ਕਰ ਰਿਹਾ ਆ ਲੋਕਾਂ ਦੀ। ਕੱਲ੍ਹ ਵੀ ਕਣਕ ਡਿਪੂ ਤੋਂ ਮੰਗਾ ਕੇ ਮੈਂ ਘਰ ਘਰ 20-25 ਬੰਦਿਆਂ ਦੇ ਘਰ ਘਰ ਜਾ ਕੇ ਮੈਂ ਕਣਕ ਆਪਣੇ ਰਿਕਸ਼ੇ ਲੈ ਕੇ ਆਪਣੇ ਭਰਾਵਾਂ ਨੂੰ ਲੈ ਨਾਲ ਲੈ ਕੇ ਮੈਂ ਘਰ ਘਰ ਪਹੁੰਚਾਇਆ। ਉਹਨੂੰ ਇਹ ਲੱਗ ਰਿਹਾ ਵੀ ਸੋਨੂ ਨੱਠ ਨੱਠ ਕੇ ਕੰਮ ਕਰ ਰਿਹਾ ਵੀ ਉਹ ਮੇਰੀ ਸੀਟ ਕਿਤੇ ਉਹਨੂੰ ਨਾ ਮਿਲ ਜਾਵੇ। ਅਸੀਂ ਕਹਿੰਦੇ ਹਾਂ ਜਿਹੜਾ ਮੁਹੱਲੇ 'ਚ ਕੰਮ ਕਰਦਾ ਜਿਹੜਾ ਸੀਟ ਦਾ ਹੱਕਦਾਰ ਆ ਉਹਨੂੰ ਸੀਟ ਮਿਲਣੀ ਚਾਹੀਦੀ, ਜਾਂ ਜੋਲਡਨ ਨੂੰ ਮਿਲਦੀ ਮੈਂ ਜੋਲਡਨ ਦੇ ਨਾਲ। ਪਰ ਲੋਕਾਂ ਨੇ ਇਹ ਵੀ ਰੋਪ ਲਾਇਆ ਵੀ ਸਾਡੇ ਕੋਲ ਸਿਰਫ ਆਪਣੇ ਖਾਸ ਖਾਸ ਬੰਦੇ ਰਾਸ਼ਨ ਸਿਰ ਉਹਨਾਂ ਨੂੰ ਦਿੰਦੇ ਪਏ ਆ, ਸਾਨੂੰ ਕਿਸੇ ਨੂੰ ਰਾਸ਼ਨ ਨਹੀਂ ਦਿੰਦੇ ਪਏ। ਨਹੀਂ ਇਹ ਬਿਲਕੁਲ ਗਲਤ ਗੱਲ ਆ। ਆ ਦੇਖੋ 90 ਬੰਦਿਆਂ ਦੀ ਮੇਰੇ ਤੋਂ ਲਿਸਟ ਆ। ਮੈਂ ਕਹਿੰਦਾ ਜੀ ਕੋਈ ਵੀ ਤੁਹਾਨੂੰ ਤੋਂ ਮੀਡੀਆ ਸਾਹਿਬ ਵੀ ਮੈਂ ਮੀਡੀਆ ਦੇ ਥਰੂ ਕਹਿ ਰਿਹਾ ਵੀ ਮੇਰੇ 12 ਨੰਬਰ ਦੇ ਵਾਰਡ ਦੇ ਵਿੱਚ ਕੋਈ ਜ਼ਰੂਰਤਮੰਦ ਬੰਦਾ ਕਹਿ ਦੇਵੇ ਵੀ ਮੈਨੂੰ ਮੇਰੇ ਘਰ ਨਹੀਂ ਰਾਸ਼ਨ ਮਿਲਿਆ ਤਾਂ ਮੈਂ ਗੁਨੇਗਾਰ ਹਾਂ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।